मुनाफिक हूँ। वो मुनाफिक के बारे अल्लाह ने ना मुनाफिक के बारे अल्लाह ने ना बाबा मुनाफिक हूँ जिदा दसिया मुनाफिक कदो काम इन्होंने वेखो ना तुम खुश नुमा मनूम हो बस सुना जो जे तुम इन्हों की गल्ला सुन लो इंज लगे जिम्मे कंध ना लकड़ी खिलारी सारे ना और भी बड़ा कुछ दसाया लेकिन आप नहीं कर सकते कि ये बारे दसा हमारा लेकिन ये अखीर ये गलम की ये हैगी कि लेकिन बाल पाड़ पाड़ के ये जुलम करके कहना बहुत लिया मैनू को मैनू सारे भरा दस दौ कि जिसकी लाठी उसकी भैन सामने आ गई गल की कोई रह गई ना बिल्कुल एक इधर भी है लाठी पे बाज ये हाथ इस्तेमाल जबान करता है कि जालम जितों तक साढ़े को कायना सुनी लगे जो सुनना पे तो साढ़ा पता सू जालम साहब खेलने शुरू करने खेल तो पाकि ना पहलो साड़ी बारी क्यों भाई बाबा जी कले ही अहना पूरी जी मुलाजमत जो दारा पूरे मुल्क का कले कंट्रोल वो काम करेंगे साड़ी टीम हो लेकिन मैं तू चार महीने जिन्हें तो कहना मैं फुल सदर राज फुल मैं फैसला कर सलाह दे तेरे को औखी भाई तू तो गोली मार सकना मिल च तेन बंदा को नहीं लगन दिया खेल आ दे तेरू आखन दिया भी आए बाबे ना खेल के वे तेरा तू सू बात नहीं गया भी तू पांच महीने तीन महीने जिन्हें बंदे ना लगन दे लग जिन अभी करवा लेकिन तेरी साड़ी हो रही है पहलो बारी साड़ी नजर बैठा रहा है तू सामने चार दिन भी नहीं भा सकता क्यों भी हकदार आ फिर दालमा तू यार खेल के तमाशा तो फिर पता ही लाया चल असी की तेरे के क्यों भाई बंदा की तेरे वास्ते आपे तू जज आपे तू सारा कुछ है तेरे के की है साड़ी इन्नी कमान लावे असी तेरे नाल खेलांगे लेकिन वारी साड़ी पे क्योंकि तू बड़ी वारियां लईयां हुण साड़ी वारी वारी भी बहुत ही नहीं मंगदे इन्नी बड़ी ਕਿੰਨੀ ਕੋ ਲਕਸ਼ਣ ਕਰਾਉਣ ਦੀ ਪਾਵਰਫੁਲ ਹੋ ਕਦੀ ਇਦਾਰੇ ਦੇ ਨੋ ਜਾਂ ਕਿਸੇ ਨੂੰ ਕੋਈ ਵੀ ਜਿਹੜਾ ਰਾਮੀ ਅਸੀਂ ਉਹਨੂੰ ਪੁੱਛ ਸਕਦੇ ਫਿਰ ਅਸੀਂ ਤੈਨੂੰ ਜਿਹੜਾ ਵੀ ਇਹਨੂੰ ਵੋਟ ਮਿਲਣਗੇ ਇੱਕ ਅਸੀਂ ਤੈਨੂੰ ਮਿਲਣਗੇ ਨਾਲ ਥੋੜ੍ਹਾ ਥੋੜ੍ਹਾ ਸੁਣਾਈ ਜਾਂਦੇ ਫਿਰ ਉਹ ਥਾਣਿਆਂ ਦੀ ਵੀ ਸੁਣਾਈ ਇਨਸਾਫ ਦੀ ਵੀ ਸੁਣਾਈ ਤੇ ਹੁਣ ਲਕਸ਼ਣ ਦੀ ਵੀ ਸੁਣਾਈ ਪਹਿਲਾਂ ਵੀ ਸੁਣਾਈ ਜਿੱਥੇ ਉਹ ਪੇਪਰ ਇਕੱਠੇ ਜਿੱਥੇ ਵੋਟ ਪੈਂਦਾ ਹੁਣ ਤੈਨੂੰ ਸੁਣਾਉਂਦੇ ਹਾਂ ਵੱਡੀਆਂ ਵੱਡੀਆਂ ਪਾਰਟੀਆਂ ਵਿੱਚ ਜਿਹੜਾ ਜ਼ਿਆਦਾ ਵੋਟ ਲੈ ਜਾਏ ਉਹ ਹੀ ਹੁਕੂਮਤ ਕਰੇਗਾ ਖਰੀਦੋ ਫਰੋਖਤ ਨਹੀਂ ਹੋਏਗੀ ਜਿਹੜੀ ਪਾਰਟੀ ਹੈਗੀ ਉਹ ਜਿਹੜੀ ਵੋਟ ਜ਼ਿਆਦਾ ਲੈ ਗਏ ਉਹ ਹੀ ਹੁਕੂਮਤ ਕਰੇ ਉਹ ਆਪਣੀ ਟੀਮ ਚੁਣਨ ਜੋ ਮਰਜ਼ੀ ਕਰਨ ਇਹ ਵੋਟ ਮੈਂ ਕਰਾਉਣੇ ਚਾਹੁੰਦਾ ਵਾਂ ਫਿਰ ਮੈਂ ਅਪੋਜੀਸ਼ਨ ਪਾਉਣਾ ਮੈਨੂੰ ਮਜ਼ਾ ਵੀ ਆਏਗਾ ਕਿਉਂ ਇਹਨੂੰ ਮੈਂ ਇਲੈਕਸ਼ਨ ਆਪਣੇ ਮਤਲਬ ਦਾ ਕਰਾ ਲਵਾਂ ਕਿਹੜਾ ਜਿੱਦਾਂ ਤੁਹਾਡੇ ਕੋਲ ਤੁਹਾਨੂੰ ਹੀ ਦੇਣੀ ਹੈ ਕਿ ਤੁਹਾਨੂੰ ਸੀਟ ਲੈਣੀ ਕੋਈ ਜਿੰਨੇ ਤੁਸੀਂ ਲੈਣ ਡੇ ਤੁਹਾਨੂੰ ਦਿਆਂਗੇ ਸਾਰਾ ਤੁਹਾਡੇ ਜਿਹੜਾ ਜਿੱਤ ਗਿਆ ਫਿਰ ਇਨਸਾਫ ਨਾਲ ਪਾਵਾਂਗੇ ਕਿ ਇਹਦਾ ਹੱਕ ਬਣਦਾ ਭਾਈ ਇਹ ਕਰੇ ਉੱਥੇ ਚੰਗੇ ਮੰਗੇ ਤਾਂ ਨਾਲ ਚੱਲਣ ਗਿਆ ਤਾਂ ਨਾ ਰੌਲਾ ਪਕੜ ਇੱਕ ਲਈ ਜਿਹੜਾ ਕਿਹਾ ਸੀ ਉਹਨੇ ਕਿਸੇ ਆ ਸਭ ਨੇ ਸ਼ਰਮ ਪਿਆ ਜਾ ਉਹ ਧੀ ਦਾ ਭੈਣ ਦਾ ਦੇਵਰ ਹੁੰਦਾ ਮਾਰਕੀ ਜੀ ਪਾ ਦੋ ਤੇ ਚੰਦਰ ਲਵੇ ਕੁਰਾਨ ਨਿਕਰੇ ਉਹਦਾ ਬਾਜ਼ਾਰ ਨਿਕਲੇ ਥੋੜ੍ਹੀ ਚੱਦਰ ਨੀਵੀਂ ਕਰ ਲਓ ਇਹ ਹੁੰਦੀ ਹੈ ਸ਼ਰਮੋ ਹਜ਼ਾ ਇੱਕ ਹੁੰਦੀ ਹੈ ਬੇਸ਼ਰਮੀ ਅਤੇ ਬੇਗੈਰਤੀ ਬੇਸ਼ਰਮੀ ਵਿੱਚ ਸ਼ਾਮਲ ਹੈ ਅਤੇ ਬੇਗੈਰਤੀ ਵੀ ਕਿ ਤੇਰੀ ਧੀ ਭੈਣ ਹੈ ਤੂੰ ਅੱਜ ਲੋਕਾਂ ਨੂੰ ਜਿਸਮ ਵਿਖਾਉਂਦੀ ਫਿਰਦੀ ਹੈ ਤੇ ਤੂੰ ਹੈ ਬੇਸ਼ਰਮ ਬੇਗੈਰਤ ਫਿਰ ਅੱਗੇ ਉਹਦੀ ਸੁਣਾ ਰਹੇ ਹਾਂ ਸੂਰਤ ਮੁਨਾਫਿਕੂਨ ਫਿਰ ਅੱਗੇ ਹੈਗਾ ਦੱਲਾ ਜਿਹੜਾ ਲੋਕਾਂ ਦੇ ਕੰਜਰੀਆਂ ਦੇ ਸੌਦੇ ਪੈ ਜਾਂਦਾ
ਕਾਇਨਾਤ ਕਿਸੇ ਨੂੰ ਪਤਾ ਕਿ ਦਗੜ ਦੱਲਾ ਹੁੰਦਾ ਜਿਹੜਾ ਆਪਣੀ ਧੀ ਦੇ ਪੈਸੇ ਖਾਂਦਾ। ਤੋਬਾ ਮੈਂ ਤੈਨੂੰ ਕਿਹਾ ਨਾ ਵੀ ਜਿਹੜੀ ਪਹਿਲਾਂ ਮੁਕਾਤੀ ਹੈ ਵੀ ਜਿਹੜੀ ਇਹਨਾਂ ਤੋਂ ਸਰਕਾਰੀ ਮੁਲਾਜ਼ਮ ਆ ਕਿਤੇ ਵੀ ਤੂੰ ਟਿੱਪ ਤੱਕ ਮਾਫ਼ੀ ਮੰਗ ਸਕਦਾ। ਬਾਕੀ ਤੇਰੀ ਉੱਥੇ ਕੋਈ ਤਲਕ ਨਹੀਂ ਹੈਗਾ ਵੀ ਤੂੰ ਕੋਈ ਕਿਸੇ ਨੂੰ ਤੰਗ ਕਰੇ ਜਾਂ ਤੂੰ ਡਿਊਟੀ ਸਹੀ ਨਾ ਦੇਵੇਂ ਜਾਂ ਸਹੀ ਨਾ ਕਰੇ। ਉਹ ਹੁੰਦਾ ਹੀ ਸ਼ੋਰਾ ਜਿਹਦੇ ਘਰ ਚੋਰ ਹੀ ਆ ਕੇ ਬਹਿ ਬੂ ਕੇ ਚਲਾ ਜਾਂਦਾ ਅਤੇ ਮੁੜ ਕੇ ਉਹ ਫਿਰ ਪਿੱਛੋਂ ਸ਼ੋਰਾ ਪੀਂਦਾ। ਅੱਗੋਂ ਆ ਗਈ ਥੋੜ੍ਹੀ ਜਿਹੀ ਨਾ ਗੱਲ ਕੋਈ ਵੀ ਨਹੀਂ ਹੈਗੀ ਨਾ ਕੋਈ ਪਤਾ ਜੋ ਨਾ ਹੋਵੇ ਕੋਈ ਕੋਈ ਪੁੱਛੇ ਤਾਂ ਕੀ ਖਾ ਵੀ ਗੱਲ ਤਾਂ ਕੀ ਬੰਦਾ ਕਰੇਗਾ। ਕੋਈ ਪਤਾ ਹੀ ਨਹੀਂ ਮੈਂ ਜਦੋਂ ਨਾ ਮੈਨੂੰ 30 ਸਾਲ ਹੋ ਜਦੋਂ ਪਿਆਰ ਹੋਇਆ ਉਹ ਨਾ ਖਾਬ ਇੰਨੀਆਂ ਖਾਬਾਂ ਆਉਂਦੀਆਂ ਨੇ ਕਦੇ ਕੋਈ ਯਾਦ ਰਹਿੰਦੀ ਕਦੇ ਕੋਈ ਨਹੀਂ ਰਹਿੰਦੀ ਉਹਦਾ ਬੰਦਾ ਕੀ ਜ਼ਿਕਰ ਕਰੇ। ਮੈਂ ਨਾ ਅਸੀਂ ਤੁਰੇ ਅੱਜ ਤੁਰੇ ਜਾ ਰਹੇ ਹਾਂ ਨਹਿਰ ਬੜੀ ਵੱਡੀ ਮੇਰੇ ਪਿੱਛੇ ਇੱਕ ਭਾਈ ਹੈ ਬੜਾ ਵੱਡਾ ਮੇਰੇ ਬਿਲਕੁਲ ਬੈਲ ਕੇ ਨਾ ਉਹ ਗੱਲ ਕਰਦਾ ਤਾਂ ਇੱਥੋਂ ਸਿਰ ਤੋਂ ਆਵਾਜ਼ ਆਉਂਦੀ। ਹੋਰ ਵੀ ਬੰਦੇ ਨਿੱਕੇ ਮੋਟੇ ਅੱਗੇ ਪਿੱਛੇ ਪਿੱਛੇ ਨੇ ਮੇਰੇ ਸਾਰੇ ਅਸੀਂ ਤੁਰੇ ਜਾਣ ਲੈ ਹਾਂ ਜਿਵੇਂ ਕੋਈ ਜਮਾਤ ਤੁਰੀ ਜਾਂਦੀ। ਉਹ ਦੂਰ ਇੱਕ ਸ਼ਹਿਰ ਨਜ਼ਰ ਆ ਰਿਹਾ ਉਹ ਅਸੀਂ ਤੁਰਦੇ ਤੁਰਦੇ ਜਿਸ ਵੇਲੇ ਕੋਲ ਕੁ ਪਹੁੰਚੇ ਨਾਲ ਬੜੀਆਂ ਗੱਡੀਆਂ ਕਾਲੀਆਂ ਛਾਪੂ ਇੰਝ ਹੋਇਆ ਪਈ। ਹੁਣ ਵੱਡਾ ਭਾਈ ਸੀ ਨਾ ਮੈਂ ਉੱਥੇ ਉਹ ਮੈਨੂੰ ਕਹਿੰਦਾ ਆਹ ਤੁਹਾਡੇ ਬਾਦਸ਼ਾਹ ਹੈਗੇ ਹੀ ਅਜੇ ਤੈਨੂੰ ਹੋਰ ਬਹਾਉਣਾ ਤੁਹਾਡੇ ਬਾਦਸ਼ਾਹ ਹੀ ਉਹ ਅਸੀਂ ਥੋੜ੍ਹਾ ਜਿਹਾ ਅੱਗੇ ਹੋਰ ਗਏ ਅਤੇ ਮੁੰਡੇ ਸਾਰੇ ਨੌਜਵਾਨ ਹੀ ਅਤੇ ਬਾਕੀ ਬੂਹੇ ਵੱਜੇ ਅਤੇ ਉਹ ਨੌਜਵਾਨ ਤੋਂ ਜਿਹੜਾ ਸੱਕੇ ਸੜੇ ਉਹ ਅਸੀਂ ਵੇਖ ਵੇਖ ਕੇ ਆਪਸ 'ਚ ਹੈਰਾਨ ਪਰੇਸ਼ਾਨ ਹੋਣ ਲਿਆ ਤਾਂ ਫਿਰ ਬਾਬਾ ਜੀ ਮੈਨੂੰ ਉੱਤੋਂ ਕਹਿੰਦੇ ਨੇ ਇਹ ਤੇਰਾ ਨਾ ਇਹ ਤੇਰਾ ਤੁਹਾਡਾ ਹੁਕਮਰਾਨ ਜ਼ਾਲਮ ਜ਼ਾਲਮ ਉਹਨੇ ਨਾ ਇਹਨਾਂ ਨੂੰ ਲਾ ਲਾ ਕੇ ਗਰੀਬਾਂ ਨੂੰ ਟੈਕਸ ਕਹਿੰਦਾ ਖੂਨ ਕੀਤਾ ਜਾਂ ਵੇਖ ਲਾ ਸਾਹਮਣੇ ਦੇਖਦੇ ਪਈ ਨਾ ਮੈਂ ਵੀ ਪਰੇਸ਼ਾਨ ਜਿਹਾ ਹੋ ਚੁੱਪ ਕੀਤਾ ਹਾਂ ਫਿਰ ਅਸੀਂ ਉਹ ਵੇਖਣ ਡੇ ਹਾਂ ਵੀ ਇੰਨੇ ਮੁੰਡੇ ਨੇ ਉਹ ਸੁੱਕੇ ਸੜੇ ਉਹ ਨਾ ਵਿੱਚੋਂ ਵਿੱਚ ਨਾ ਅੰਦਰ ਵੀ ਚੀਹਾਂ ਤਾਂ ਜਿਵੇਂ ਸ਼ਹਿਰ ਦੇ ਅੰਦਰ ਨਾ ਰੌਲਾ ਪਿਆ ਉਹ ਬਾਹਰ ਜਿਹੜੇ ਮੁੰਡੇ ਨੇ ਨਾ ਉਹਨਾਂ ਚੋਂ ਜੋ ਮੁੰਡੇ ਉਹ ਪਰ ਉਹ ਨਜ਼ਰ ਆਇਆ ਕਿ ਤੂੰ ਆਉਂਦੇ ਨਾਲ ਕਹਿੰਦਾ ਇੱਟਾਂ ਲੁੱਟਦੇ ਪਏ ਨੇ ਡਾਕੂ ਪੈ ਗਏ ਨੇ ਇੱਟਾਂ ਲੁੱਟਦੇ ਪਏ ਨੇ ਸ਼ਹਿਰ ਦੇ ਅੰਦਰ ਹੋਇਆ ਜੀ ਹੋ ਰਿਹਾ ਜੀ ਕੀ ਹੋ ਰਿਹਾ ਥੋੜ੍ਹੀ ਦੇਰ ਹੋਈ ਅਤੇ ਫਿਰ ਤੇਰੇ ਕੋਲ ਮੁੰਡਾ ਆ ਰਿਹਾ ਭੱਜਾ ਕਹਿੰਦਾ ਲੈ ਗਏ ਲੁੱਟ ਕੇ ਸਾਰਾ ਕੁਛ ਲੈ ਗਏ ਇੱਧਰੋਂ ਬੋਲਦਾ ਇੱਕ ਮੁੰਡਾ ਕਾਲਾ ਜਿਹਾ ਉਹਦੇ ਨਾਲ ਜ਼ਰਾ ਥੋੜ੍ਹਾ ਜਿਹਾ ਵਾਹ ਵਾ ਉਹ ਕਹਿੰਦਾ ਅੱਲਾ ਨੇ ਟਾਈਮ ਦਿੱਤਾ ਹੈ ਆਪਾਂ ਨੂੰ ਇਹ ਮੇਰੀ ਗੱਲ ਸੁਣ ਲਓ ਭਰਾਓ ਨਾ ਤਾਂ ਡਾਕੂਆਂ ਦਾ ਲੱਗਣਾ ਅਤੇ ਆਹ ਜਿਹੜਾ ਨਾ ਬਾਦਸ਼ਾਹ ਬੂਦਸ਼ਾਹ ਦਾ ਸਾਰੇ ਇਹਨਾਂ ਨਾ ਜਿਹੜੇ ਕੋਈ ਬਜੇ ਅੱਬਲ ਤੋਂ ਉਹ ਪਤਾ ਨਹੀਂ ਕੀ ਕਰ ਗਏ ਨੇ ਜਿਹੜਾ ਕੋਈ ਰਹਿ ਜਾਂਦਾ ਇਹਨਾਂ ਦਾ ਬਾਲ ਵੀ ਨਹੀਂ ਚੱਲਦਾ ਉਹ ਕਹਿ ਕੇ ਉਹ ਸਾਰਾ ਭੱਜ ਕੇ ਦੁਨੀਆ 'ਚ ਉਹ ਪਤਾ ਨਹੀਂ ਕਿਹਨੂੰ ਪੈ ਕੇ ਜਾ ਕੇ ਉਵੇਂ ਹੀ ਸਾਨੂੰ ਆਵਾਜ਼ ਥੋੜ੍ਹੀ ਬਹੁਤੀ ਆਵੇ ਜਿਵੇਂ ਅੰਦਰ ਉਹ ਘੜੀ ਕੁ ਬਾਅਦ ਨਾ ਦੇਖਿਆ ਅਤੇ ਇੱਕ ਨਾ ਬੰਦੇ ਨੂੰ ਨਾ ਉਹਨਾਂ ਨੇ ਨਰਸਾ ਪਾਇਆ ਲੱਤ ਨੂੰ ਧੋਈ ਹੋਇਆ ਉਹਦੀ ਜਿਹੜੀ ਉਹ ਪਿੱਛੇ ਪਿਛਲੇ ਵੱਡੇ ਪੰਜਾਬ ਵਾਲੀ ਜਗ੍ਹਾ ਉਹ ਬਾਹਰ ਲਮਕੇ ਪਈ ਉਹਦਾ ਕੀ ਕਰਦੇ ਰਹੇ ਉਹਦੇ ਨਾਲ ਕਿਵੇਂ ਮਾਰਿਆ ਹੋਇਆ ਉਹਨਾਂ ਸਾਡੇ ਕੋਲ ਆ ਕੇ ਨਾ ਉਹਨਾਂ ਇੰਜ ਸੁੱਟ ਕੇ ਨਾ ਉੱਥੇ ਜਿਵੇਂ ਉਹ ਨਹਿਰ ਦੀ ਪਰੜੀ ਥੋੜ੍ਹਾ ਉੱਚਾ ਜਗ੍ਹਾ ਹੁੰਦੀ ਨਾ ਉੱਥੇ ਅੰਦਰ ਸੁੱਟ ਕੀਤਾ ਅਤੇ ਬਾਬਾ ਜੀ ਮੇਰੇ ਭਾਈ ਵੱਡਾ ਉਹ ਆਉਂਦਾ ਇਹ ਬਾਦਸ਼ਾਹ ਹੀ ਤੁਹਾਡਾ ਇਹ ਤੁਹਾਡਾ ਬਾਦਸ਼ਾਹ ਸਲਾਮਾਂ ਦੀ ਖੈਰ ਨਾਲ ਮੈਂ ਕਹਿੰਦਾ ਪਿਆ ਜੀ ਮੇਰੀ ਪਛਾਣ 'ਚ ਨਹੀਂ ਆਉਂਦਾ ਪਿਆ ਅੱਛਾ ਉੱਧਰੋਂ ਨਾ ਹੋਰ ਆ ਰਿਹਾ ਉਹਨੂੰ ਮੁੰਡਿਆਂ ਨੇ ਫੜਿਆ ਹੈ ਬਸ ਉਹਦੀ ਖਾਕੀ ਦੀ ਕੋਟੀ ਨਜ਼ਰ ਆਉਂਦੀ ਹੈ ਇੱਕ ਬਾਬਾ ਸ਼ੀਆ ਬਾਬਾ ਬਸ ਸਿਹਤ ਮੰਦੇ ਸ਼ੀਆ ਕਾਲੇ ਲੀੜੇ ਉਹਨੇ ਸੋਟੀ ਫੜੀ ਹੈ ਉਹਨੂੰ ਪਤਾ ਨਹੀਂ ਕਾਹਦਾ ਗੁੱਸਾ ਜਾਂ ਕਿੰਨਾ ਗੁੱਸਾ ਉਹ ਜਿਹੜਾ ਸੀ ਨਾ ਉਹਨੂੰ ਬਾਬਾ ਜੀ ਨੂੰ ਉੱਥੋਂ ਕਹਿੰਦੇ ਨੇ ਆ ਵਜ਼ੀਰ ਸਾਹਿਬ ਆ ਰਹੇ ਨੇ ਆਗਰਾ ਜੀ ਇਹਦਾ ਵਜ਼ੀਰ ਤੁਹਾਡਾ ਮੈਂ ਫਿਰ ਵੀ ਇਹੋ ਕਹਿੰਦਾ ਨਹੀਂ ਸਾਡਾ ਵਜ਼ੀਰ ਕਹਿੰਦਾ ਜੀ ਆਉਂਦਾ ਮੂੰਹ ਤੇ ਮਾਰ ਮਾਰ ਕੁਰਾਨ 'ਚ ਲਿਖਿਆ ਨਹੀਂ ਮੂੰਹ ਵਿਗਾੜ ਦੇਣਗੇ ਮਾਰ ਮਾਰ ਕੇ ਉਹਨਾਂ ਦਾ ਮੂੰਹ ਵਿਗਾੜਤਾ ਉਹਨੇ ਮਾਰ ਮਾਰ ਕੇ ਬਾਬੇ ਨੇ ਬਾਕੀ ਹੈਗਾ ਤੁਹਾਡਾ ਵਜ਼ੀਰ ਮੈਂ ਅੱਛਾ ਜੀ ਦਫਾ ਕਰੋ ਜੀ ਮੇਰਾ ਬਿਲ ਪਰੇਸ਼ਾਨ ਹੋ ਗਿਆ ਜੀ ਫਿਰ ਤੋਂ
थोड़ी दूर ही आए एक मोड़ भी लगा होगा भी आते ने बड़ा बाबा ही पुत्ते आडा मौलवी तजाल ही तजाल आडा मौलवी फिर आखन डाया मैं ना जी मौलवी ने मैं अपने जान लेना वहां इन्हें साडा मौलवी तो कोठी पाँगा अंग्रेज भी बन जाता जी नहीं पता दोबारा नहीं।